ਜਮਾਤ ਪਹਿਲੀ ਦੇ ਪਿਆਰੇ ਬੱਚਿਓ ਵਿਸ਼ਾ ਗਣਿਤ ਅਧਿਆਇ 9 ਪਿਆਰੇ ਬੱਚਿਓ ਅੱਜ ਅਸੀਂ ਅੰਕੜਿਆਂ ਨੂੰ ਇਕੱਠਾ ਕਰਨਾ ਉਹਨਾਂ ਨੂੰ ਦਰਜ ਕਰਨਾ ਅਤੇ ਨਤੀਜੇ ਤੱਕ ਕਿਵੇਂ ਪਹੁੰਚਣਾ ਹੈ ਉਸ ਬਾਰੇ ਸਿੱਖਾਂਗੇ ਆਓ ਸ਼ੁਰੂ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਕੁਝ ਪੈਨਸਿਲਾ ਰਬੜ ਅਤੇ ਸ਼ਾਪਨਰ ਹਨ ਆਓ ਦੇਖੀਏ ਕਿ ਮੇਰੇ ਕੋਲ ਕਿੰਨੀਆਂ ਪੈਨਸਲਾਂ ਕਿੰਨੇ ਰਬੜ ਅਤੇ ਕਿੰਨੇ ਸ਼ਾਪਨਰ ਹਨ ਆਓ ਇਨਾਂ ਨੂੰ ਵੱਖ-ਵੱਖ ਕਰਦੇ ਹਾਂ ਪਹਿਲਾਂ ਪੈਨਸਲਾਂ ਵੱਖ ਕਰਦੇ ਹਾਂ ਦੇਖੋ ਮੈਂ ਪੈਨਸਲਾਂ ਨੂੰ ਵੱਖ ਕਰ ਰਹੀ ਹਾਂ ਹਾਂਜੀ ਬੱਚਿਓ ਮੈਂ ਪੈਨਸਲਾਂ ਨੂੰ ਵੱਖ ਕਰ ਦਿੱਤਾ ਪੈਨਸਲਾਂ ਤੋਂ ਬਾਅਦ ਹੁਣ ਅਸੀਂ ਰਬੜਾ ਨੂੰ ਵੱਖ ਕਰਾਂਗੇ ਤਾਂ ਦੇਖੋ ਮੈਂ ਰਬੜਾ ਨੂੰ ਵੱਖ ਕਰ ਰਹੀ ਹਾਂ ਮੈਂ ਰਬੜਾ ਨੂੰ ਵੱਖ ਕਰ ਦਿੱਤਾ ਹੁਣ ਅਸੀਂ ਰਬੜਾ ਤੋਂ ਬਾਅਦ ਸ਼ਾਰਪਨਰ ਵੱਖ ਕਰਾਂਗੇ ਮੈਂ ਸ਼ਾਰਪਨਰ ਵੱਖ ਕਰ ਰਹੀ ਹਾਂ ਦੇਖੋ ਬੱਚਿਓ ਮੈਂ ਪੈਨਸਿਲਾਂ ਰਬੜਾ ਅਤੇ ਸ਼ਾਰਪਨਰ ਵੱਖ ਕਰ ਦਿੱਤੇ ਹਨ ਆਓ ਹੁਣ ਅਸੀਂ ਇੰਨਾ ਸਾਰਿਆਂ ਦੀ ਗਿਣਤੀ ਕਰਦੇ ਹਾਂ ਪਹਿਲਾਂ ਪੈਨਸਲਾਂ ਨੂੰ ਗਿੰਦੇ ਹਾਂ ਤੁਸੀਂ ਮੇਰੇ ਨਾਲ-ਨਾਲ ਗਿਨੋ 1 2 3 4 5 6 7 8 ਦੱਸੋ ਬੱਚਿਓ ਇੱਥੇ ਕਿੰਨੀਆਂ ਪੈਨਸਲਾਂ ਹਨ ਹਾਂਜੀ ਇੱਥੇ 8 ਪੈਨਸਲਾਂ ਹਨ ਆਓ ਹੁਣ ਰਬੜ ਗਿੰਦੇ ਹਾਂ 1 2 3 4 5 6 ਇੱਥੇ ਕਿੰਨੀਆਂ ਰਬੜਾਂ ਹਨ ਹਾਂਜੀ ਬੱਚਿਓ ਇੱਥੇ 6 ਰਬੜਾਂ ਹਨ ਹੁਣ ਸ਼ਾਰਪਨਰ ਗਿੰਦੇ ਹਾਂ 1 2 3 4 ਇੱਥੇ ਕਿੰਨੇ ਸ਼ਾਪਨਰ ਹਨ ਹਾਂਜੀ ਇੱਥੇ 4 ਸ਼ਾਪਨਰ ਹਨ ਤੁਸੀਂ ਦੇਖਿਆ ਬੱਚਿਓ ਪਹਿਲਾਂ ਮੈਂ ਪੈਨਸਲਾਂ ਰਬੜ ਅਤੇ ਸ਼ਾਪਨਰ ਇਕੱਠੇ ਕੀਤੇ ਹਨ ਅਤੇ ਫਿਰ ਉਹਨਾਂ ਨੂੰ ਵੱਖ-ਵੱਖ ਕੀਤਾ ਹੈ ਪਹਿਲਾਂ ਅਸੀਂ ਪੈਨਸਲਾਂ ਨੂੰ ਵੱਖ ਕੀਤਾ ਹੈ ਫਿਰ ਰਬੜਾਂ ਨੂੰ ਅਤੇ ਫਿਰ ਸ਼ਾਪਨਰ ਵੱਖ ਕੀਤੇ ਹਨ ਫਿਰ ਇਹਨਾਂ ਦੀ ਗਿਣਤੀ ਕੀਤੀ ਹੈ ਹੁਣ ਤੁਸੀਂ ਮੈਨੂੰ ਦੱਸੋ ਇੱਥੇ ਕਿੰਨੀਆਂ ਪੈਨਸਲਾਂ ਹਨ ਹਾਂਜੀ ਸ਼ਾਬਾਸ਼ ਇੱਥੇ 8 ਪੈਨਸਲਾਂ ਹਨ ਅਤੇ ਰਬੜਾਂ ਕਿੰਨੀਆਂ ਹਨ 6 ਰਬੜਾਂ ਹਨ ਅਤੇ ਇੱਥੇ 4 ਸ਼ਾਰਪਨਰ ਹਨ ਹੁਣ ਤੁਸੀਂ ਮੈਨੂੰ ਦੱਸੋ ਇੰਨਾ ਵਿੱਚੋਂ ਕਿਸ ਦੀ ਗਿਣਤੀ ਜ਼ਿਆਦਾ ਹੈ ਪੈਨਸਲਾਂ ਦੀ ਰਬੜਾਂ ਦੀ ਜਾਂ ਸ਼ਾਰਪਨਰ ਦੀ ਦੇਖੋ ਧਿਆਨ ਦੇ ਨਾਲ ਅਤੇ ਦੱਸੋ ਹਾਂਜੀ ਸ਼ਾਬਾਸ਼ ਬੱਚੋ ਇੱਥੇ ਪੈਨਸਲਾਂ ਦੀ ਗਿਣਤੀ ਜ਼ਿਆਦਾ ਹੈ। ਇੱਥੇ ਸਭ ਤੋਂ ਘੱਟ ਗਿਣਤੀ ਕਿਸ ਦੀ ਹੈ? ਹਾਂਜੀ, ਇੱਥੇ ਸਭ ਤੋਂ ਘੱਟ ਸ਼ਾਪਨਰ ਹਨ। ਇੱਥੇ 4 ਸ਼ਾਪਨਰ ਹਨ। ਹੁਣ ਤੁਸੀਂ ਮੈਨੂੰ ਦੱਸੋ। ਇੱਥੇ ਕਿਹੜੀਆਂ ਵਸਤੂਆਂ ਦੀ ਗਿਣਤੀ 6 ਹੈ? ਹਾਂਜੀ ਬੱਚਿਓ, ਇੱਥੇ ਰਬੜਾਂ ਦੀ ਗਿਣਤੀ 6 ਹੈ। ਹਾਂਜੀ ਬੱਚਿਓ ਤੁਸੀਂ ਅੱਜ ਸਿੱਖਿਆ ਹੈ ਕਿ ਕਿਸ ਤਰ੍ਹਾਂ ਇਕੱਠੀਆਂ ਕੀਤੀਆਂ ਹੋਈਆਂ ਵਸਤੂਆਂ ਨੂੰ ਵੱਖ-ਵੱਖ ਕੀਤਾ ਹੈ ਅਤੇ ਫਿਰ ਉਨ੍ਹਾਂ ਦੀ ਗਿਣਤੀ ਕੀਤੀ ਹੈ ਅਤੇ ਫਿਰ ਇਹ ਦੇਖਿਆ ਹੈ ਕਿ ਕਿਸ ਦੀ ਗਿਣਤੀ ਜ਼ਿਆਦਾ ਹੈ ਕਿਸ ਦੀ ਘੱਟ ਹੈ ਪਿਆਰੇ ਬੱਚਿਓ ਹੁਣ ਤੁਸੀਂ ਵੀ ਆਪਣੇ ਘਰ ਇਸ ਤਰ੍ਹਾਂ ਹੀ ਵਸਤੂਆਂ ਨੂੰ ਇਕੱਠੇ ਕਰਨਾ ਹੈ ਫਿਰ ਉਨ੍ਹਾਂ ਨੂੰ ਵੱਖ-ਵੱਖ ਕਰਨਾ ਹੈ ਅਤੇ ਉਹਨਾਂ ਦੀ ਗਿਣਤੀ ਕਰਨੀ ਹੈ ਫਿਰ ਨੋਟ ਕਰਨਾ ਹੈ ਕਿਸ ਦੀ ਗਿਣਤੀ ਜ਼ਿਆਦਾ ਹੈ ਕਿਸ ਦੀ ਘੱਟ ਹੈ